ਹੈਲੋ ਹਾਂਜੀ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਤੈਨੂੰ ਮੈਂ ਬੁਲਾਵਾ ਰਤਨ ਸਾਹਿਬ ਹਾਂਜੀ ਹਾਂਜੀ ਸਾਹਿਬ ਦੱਸੋ ਜੀ ਹੁਣ ਤੂੰ ਜਿਹੜਾ ਕੁੱਤਪੁਣਾ ਕਰਨਾ ਸੀ ਵੋਟਾਂ ਵਾਲੇ ਦਿਨ ਤੂੰ ਕਰਤਾ ਡਟ ਕੇ ਸਾਡੀ ਬੰਦਿਆਂ ਦੀ ਵਿਰੋਧ ਤਾਂ ਕੀਤੀ ਹੁਣ ਤੂੰ ਮੈਂਬਰ ਤੋੜਨ ਤੇ ਹੋਇਆ ਵਿਆ ਗੱਲ ਸੁਣ ਬਬਲੇ ਹੁਣਾਂ ਦੇ ਮੈਂਬਰ ਤੋੜਨ ਤੇ ਹੋਇਆ ਵੀ ਸਿੱਧੇ ਹੋ ਕੇ ਡਰਾ ਧਮਕਾ ਕੇ ਬਲਜੀਤ ਨਾ ਚੱਲੋ ਤੇ ਤੂੰ ਬਲਜੀਤ ਦੀ ਪੰਚਾਇਤ ਚਲਾ ਲੇਗਾ ਕਿਹੜਾ ਕੰਮ ਆ ਲੋਕਾਂ ਨੂੰ ਇਨਸਾਫ ਦਵਾਉਣਾ ਤੇਰਾ ਕੰਮ ਪੰਚਾਇਤ ਪੰਚਾਇਤ ਤੋੜਨੀ ਜਾਂ ਪੰਚਾਇਤ ਜੋੜਨ ਦਾ ਤੇ ਨੀ ਤੇਰਾ ਕੰਮ ਫਿਰ ਡਿਊਟੀ ਛੱਡ ਕੇ ਵਰਕਰ ਬਣ ਜਾ ਕੀ ਦੱਸਾਂਗੇ ਤੁਸੀਂ ਮੈਨੂੰ ਕੀ ਦੱਸ ਦਿਓਗੇ ਮੈਂ ਤਾਂ ਡਿਊਟੀ ਕਰੀ ਜਾਂਦਾ ਵਧੀਆ
ਹਾਜ਼ਰੀ ਸਰ ਨਾਲੋਂ ਜ਼ਿਆਦਾ ਮੇਰੀ ਚੌਂਕੀ ਦੇ ਵਿੱਚ ਤੁਸੀਂ ਦੱਸ ਦਿਓ ਚੌਂਕੀ ਚ ਹਾਜ਼ਰੀ ਆ ਤੇਰੀ ਕੀ ਹਾਜ਼ਰੀ ਹਾਜ਼ਰੀ ਨਹੀਂ ਮੇਰੀ ਹਾਜ਼ਰੀ ਉੱਧਰ ਉੱਧਰ ਤਾਂ ਤਿੜਕੇ ਮਾਰ ਕੇ ਕਿ ਭਾਈ ਜੋ ਇਨਸਾਫ ਕਰ ਘਰੇ ਜਾ ਕੇ ਅਗਲੇ ਬੁੜੀਆਂ ਦੇ ਕੱਪੜੇ ਪਾੜ ਕੇ ਆਇਆ ਤੂੰ ਉੱਧਰ ਉਹਨਾਂ ਨੂੰ ਪਜ਼ਲ ਕਰੀ ਰੱਖਿਆ ਕੀ ਪਜ਼ਲ ਕਰਤਾ ਮੈਂ ਉਹਨਾਂ ਦਾ ਉਹ ਕੀਤਾ ਕੀ ਕੀਤਾ ਮੈਂ ਉਹਨਾਂ ਨੂੰ ਗੱਲ ਨਾ ਪਾਈ ਉੱਥੇ ਐਸ ਐਚ ਓ ਸਾਹਿਬ ਸਾਹਿਬ ਆ ਭਾਈ ਅਸੀਂ ਖੁਦ ਕਹਿੰਦੇ ਉਹਨਾਂ ਨੇ ਕੀਤਾ ਫੈਸਲਾ ਐਸ ਐਚ ਓ ਸਾਹਿਬ ਨੇ ਸੁਰਜੀਤ ਸਾਹਿਬ ਨੇ ਕੀਤਾ ਐਸ ਐਚ ਓ ਸਾਹਿਬ ਨੇ ਕੀਤਾ ਨੀ ਫੈਸਲਾ ਜੀ ਇੱਥੇ ਚੌਂਕੀ ਆ ਕੇ ਕੀਤਾ ਮੈਂ ਕਹਿੰਦਾ ਜੇ ਅੱਗੇ ਤੁਹਾਡੇ ਕੋਲ ਮੈਂ ਤਾਂ ਤੁਹਾਡੇ ਕੋਲੇ ਆ ਕੇ ਸੋਰੀ ਮੰਨ ਲੈਂਦਾ ਮੈਂ ਤੁਹਾਡੇ ਆਹਮੋ ਸਾਹਮਣੇ ਬਹਿ ਕੇ ਗੱਲਾਂ ਕਰ ਲੈਂਦਾ ਨੰਬਰ ਦੱਸੋ ਤੁਸੀਂ ਸੋਰੀ ਮੰਨ ਲੈਣਾ ਅੱਜ ਤੱਕ ਤੂੰ ਐ ਨਹੀਂ ਕਿਹਾ ਮੈਂ ਤੁਹਾਡੀ ਚੌਂਕੀ 'ਚ ਲੱਗਿਆ ਤੂੰ ਕੰਮ ਮੇਰੇ ਤਾਂ ਦੱਸਿਓ ਅਸੀਂ ਤੁਹਾਨੂੰ ਪਿਆਰ ਨਾਲ ਜੇ ਤੁਹਾਡਾ ਜੇ ਤੁਹਾਡਾ ਕੋਈ ਕੰਮ ਵੀਰੇ ਤਾਂ ਦੱਸ ਦਿਓ ਮੈਨੂੰ ਤੁਹਾਡਾ ਕੰਮ ਕੀ ਵੀਰੇ ਦੱਸ ਦਿਓ ਕੀ ਕੰਮ ਨਹੀਂ ਵੀਰੇ ਕਦੇ ਕੰਮ ਕਿਹਾ ਹੀ ਨਹੀਂ ਮੈਂ ਤਾਂ ਤੈਨੂੰ ਕਦੇ ਕਿਹਾ ਹੀ ਨਹੀਂ ਤੁਹਾਡੇ ਵਰਕਰ ਦੱਸ ਦੇਣ ਵੀ ਕਿਹਦਾ ਨੀ ਕੰਮ ਕੀਤਾ ਸੱਤ ਪਿੰਡ ਸੱਤਾ ਪਿੰਡਾਂ ਦੀ ਕੋਈ ਵੀ ਲਾਂਭਾ ਦੇ ਦੇਵੇ ਤੁਹਾਨੂੰ ਕੋਈ ਆ ਕੇ ਮੇਰੇ ਤੇ ਕੌਣ ਦੁਖੀ ਆ ਤਾਂ